ਸਿਮਰਜੀਤ ਸਿੰਘ ਬੈਂਸ, ਜੋ ਕਿ ਲੁਧਿਆਣੇ ਤੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨੇ, ਬੀਤੇ ਦਿਨ ਹੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਇਆਂ ਦੱਸਿਆ ਹੈ ਕਿ ਉਹ ਆਪਣੇ ਅਤੇ ਜੋ ਵੀ ਉਹਨਾਂ ਦੇ ਹੋਰ ਸਾਥੀ ਨੇ ਉਹ ਇੱਕ ਮਹੀਨੇ ਦੀ ਸੈਲਰੀ ਛੱਡਣਗੇ ਤਾਂ ਕਿ ਹੜ੍ਹ ਪੀੜਤ ਲੋਕਾਂ ਨੂੰ ਕੁਛ ਰਾਹਤ ਦੇ ਸਕਣ, ਅਤੇ ਉਹਨਾਂ ਨੇ ਹੋਰ ਵੀ ਕੁਝ ਅਹਿਮ ਗੱਲਾਂ ਅਤੇ ਮੁੱਦੇ ਚੱਕੇ ਨੇ। ਹੜ੍ਹਾਂ ਨੇ ਜਿੱਥੇ ਬਹੁਤ ਵੱਡੀ ਪੱਧਰ 'ਤੇ ਤਕਰਾਰ ਰੂਪ ਧਾਰਦੇ ਹੋਏ ਨੁਕਸਾਨ ਕੀਤਾ, ਲੋਕਾਂ ਦਾ, ਘਰਾਂ ਦਾ, ਫਸਲਾਂ ਦਾ, ਜ਼ਮੀਨਾਂ ਦੇ ਉਜਾੜੇ ਹੋ ਗਏ। ਅੱਜ ਇਹ ਗੱਲ 11-12 ਦਿਨ ਦਾ ਸਮਾਂ ਬੀਤਣ ਤੋਂ ਬਾਅਦ ਸਰਕਾਰ ਵੱਲੋਂ ਲੋਹੀਆਂ ਹਲਕਾ, ਜਿੱਥੇ ਹੜ੍ਹਾਂ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ, ਅੱਜ ਵੀ ਉੱਥੇ 6-7 ਫੁੱਟ ਪਾਣੀ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਵੜਿਆ ਹੋਇਆ। ਨਾਕਾਮੀ ਕਿੱਡੀ ਆ ਕਿ ਪਿੰਡ ਜਾਣੀਆਂ 400-500 ਫੁੱਟ ਦਾ ਪਹਾੜ ਹੈ, ਉਸ ਤੋਂ ਅੱਗੇ ਪਿੰਡ ਮਢਾਲਾ ਗਿੱਦੜਵਿੰਡੀ ਦੇ ਨਾਲ, ਉਦੋਂ ਅੱਗੇ ਪਿੰਡ ਬੂਸੋਵਾਲ ਸੁਲਤਾਨਪੁਰ ਲੋਧੀ ਦੇ ਨਾਲ, ਅਤੇ ਦੋ ਜਗ੍ਹਾ ਬੇਈ ਜਿਹੜੀ ਨਦੀ ਉਹਦਾ ਪਹਾੜ, ਅੱਜ ਤੱਕ ਵੀ 10-11 ਦਿਨ ਦਾ ਅਰਸਾ ਬੀਤ ਜਾਣ ਤੋਂ ਬਾਅਦ ਵੀ ਜਿਹੜਾ ਪਹਾੜ ਪੂਰਿਆ ਨਹੀਂ ਗਿਆ। ਸਰਕਾਰ ਦੀ ਜਿਹੜੀ ਹੜ੍ਹਾਂ ਤੋਂ ਪਹਿਲਾਂ ਦੀ ਬਿਆਨਬਾਜ਼ੀ ਸੀਗੀ ਨਾ, ਵੀ ਅਸੀਂ ਬੜੇ ਪੁਖਤਾ ਇੰਤਜ਼ਾਮ ਕੀਤੇ ਹੋਏ ਆ, ਅਸੀਂ ਬੜੇ ਲਾਮਿਸਾਲ ਪ੍ਰਬੰਧ ਕੀਤੇ ਹੋਏ, ਜੇ ਕੋਈ ਹੜ੍ਹਾਂ ਦੀ ਸਥਿਤੀ ਆਉਂਦੀ ਹੈ ਤਾਂ ਉਹਦਾ ਚਿਹਰਾ ਬੇਨਕਾਬ ਕਰਦੀ ਹੈ। ਇੱਥੋਂ ਤੱਕ ਕਿ ਇਹਨਾਂ ਇਲਾਕੇ ਦੇ ਪਿੰਡਾਂ ਦੇ ਵਸਨੀਕਾਂ ਵੱਲੋਂ ਕਿਸ਼ਤੀਆਂ ਵੀ ਆਪਣੇ ਪੈਸਿਆਂ 'ਤੇ ਖਰੀਦੀਆਂ ਗਈਆਂ ਨੇ। 25-25 ਹਜ਼ਾਰ, 28-28 ਹਜ਼ਾਰ ਦੀ ਕਿਸ਼ਤੀ, ਸਰਕਾਰ ਦੇ ਪ੍ਰਬੰਧ ਜਿਹੜੇ ਆ ਉਹ ਸੀਮਿੰਟ ਦੀਆਂ ਖਾਲੀ ਰੱਦੀ ਬੋਰੀਆਂ ਜਿਨ੍ਹਾਂ ਦੇ ਵਿੱਚ ਮਿੱਟੀ ਭਰ ਕੇ ਪਾੜ ਪੂਰੇ ਜਾਣੇ ਆ, ਉੱਥੇ ਖਾਲੀ ਸੀਮਿੰਟ ਦੀਆਂ ਰੱਦੀ ਬੋਰੀਆਂ ਤੱਕ ਵੀ ਸਰਕਾਰ ਪ੍ਰਬੰਧ ਨਹੀਂ ਕਰਾ ਸਕੀ, ਅਤੇ ਸਰਕਾਰ ਦੇ ਅਹਿਲਕਾਰ, ਸਰਕਾਰ ਦੇ ਮੰਤਰੀ, MP, MLA ਅਤੇ ਅਫਸਰ ਸਾਹਿਬਾਨ ਬਹੁਤ ਵੱਡੇ ਵੱਡੇ ਦਮਗਜੇ ਮਾਰਦੇ ਸੀ, ਬਹੁਤ ਵੱਡੇ ਵੱਡੇ ਬਿਆਨ ਦਾਗ ਰਹੇ ਸੀਗੇ। ਸੋ ਅੱਜ ਹੜ੍ਹਾਂ ਦੇ ਨਾਲ ਜਿਹੜੀ ਪੰਜਾਬ ਦੇ ਅੰਦਰ ਤਬਾਹੀ ਹੋਈ ਆ, ਸਰਕਾਰ ਚੁੱਪ ਅਤੇ ਖਾਮੋਸ਼। ਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਕੋਲੋਂ 1000 ਕਰੋੜ ਰੁਪਈਏ ਦੀ, ਕਦੇ 1200 ਕਰੋੜ ਰੁਪਈਏ ਦੀ ਮਦਦ ਵਾਸਤੇ ਹੱਥ ਦੇ ਵਿੱਚ, ਜਿਵੇਂ ਕਹਿ ਦਈਏ, ਬਾਟਾ ਲੈ ਕੇ ਭੀਖ ਮੰਗਣ ਦੇ ਤੁੱਲ ਕੇਂਦਰ ਦੇ ਕੋਲੋਂ ਮਦਦ ਦੀ ਗੁਹਾਰ ਲਾ ਰਿਹਾ, ਪਰ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਕਿਉਂ ਨਹੀਂ ਸਮਝ ਆ ਰਹੀ ਕਿ ਅਸੀਂ ਪਾਣੀ ਦੀ ਕੀਮਤ ਲੈ ਲਈਏ। ਪਾਣੀ ਦੀ ਕੀਮਤ ਤਾਂ ਇਕੱਲੀ ਰਾਜਸਥਾਨ ਵਾਲੇ ਪਾਸੇ 16 ਲੱਖ ਕਰੋੜ ਰੁਪਈਆ, ਜੇ ਅਸੀਂ ਪੰਜਾਬ ਦੇ ਲੋਕ, ਪੰਜਾਬ ਹੜ੍ਹਾਂ ਦਾ ਨੁਕਸਾਨ ਜਿਹਦੇ 'ਚ ਅਰਬਾਂ ਖਰਬਾਂ ਦਾ ਲੌਸ ਹੁੰਦਾ, ਪੰਜਾਬ ਦੇ ਲੋਕ ਅਤੇ ਪੰਜਾਬ ਝੱਲਦਾ, ਅਤੇ ਫਿਰ ਪਾਣੀ ਦੀ ਕੀਮਤ ਕਾਨੂੰਨ ਅਨੁਸਾਰ ਉਗਰਾਹੀ ਕਰਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਪਰੇਸ਼ਾਨੀ ਹੈ, ਨਹੀਂ ਜਾਂਦੇ ਉਸ ਪਾਸੇ। ਸੋ ਅੱਜ ਲੋਕ ਇਨਸਾਫ ਪਾਰਟੀ ਨੇ ਇਹ ਫੈਸਲਾ ਲਿਆ, ਇੱਕ ਤਾਂ ਜਿਹੜੀ ਅਸੀਂ ਸਾਡਾ ਪਾਣੀ ਸਾਡਾ ਹੱਕ ਡਰਾਈਵ ਸਟਾਰਟ ਕੀਤੀ ਸੀ 21 ਲੱਖ ਲੋਕਾਂ ਤੋਂ, ਸਾਈਂ ਥੋੜ੍ਹੇ ਸਮੇਂ ਲਈ ਅਸੀਂ ਉਹ ਹੜ੍ਹ ਪੀੜਤਾਂ ਦੀ ਮਦਦ ਜਿਹੜੀ ਸਾਡੀ ਪਾਰਟੀ ਹੈ, ਸਾਰੇ ਵਲੰਟੀਅਰ ਲੱਗੇ ਹੋਏ, ਥੋੜ੍ਹੇ ਸਮੇਂ ਲਈ ਉਹਨੂੰ ਪੈਂਡਿੰਗ ਕਰਕੇ ਪਹਿਲਾਂ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਨੂੰ ਰਾਹਤ ਕਾਰਜਾਂ ਦੇ ਵਿੱਚ, ਅਤੇ ਦੂਸਰਾ ਵੱਡਾ ਫੈਸਲਾ ਜਿਹੜੀ ਖਾਲਸਾ ਏਡ ਜਥੇਬੰਦੀ ਹੈ ਜਿਹੜੀ ਮਨੁੱਖਤਾ ਦੀ ਸੇਵਾ ਵਾਸਤੇ, ਪੂਰੀ ਦੁਨੀਆ ਦੇ ਵਿੱਚ ਕਿਤੇ ਕੋਈ ਆਫਤ ਆਉਂਦੀ ਹੈ ਕੁਦਰਤੀ ਤੌਰ 'ਤੇ, ਅਤੇ ਖਾਲਸਾ ਏਡ ਨੰਬਰ 1 ਦੇ ਉੱਤੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਭਗਵਾਨ ਦੀ ਕਿਰਪਾ ਸਦਕਾ ਮਾਨਵਤਾ ਦੀ ਸੇਵਾ ਵਾਸਤੇ ਅੱਗੇ ਆਉਂਦੀ ਹੈ। ਖਾਲਸਾ ਏਡ ਦੇ ਇਸ ਮਹਾਨ ਕੁੰਭ ਦੇ ਵਿੱਚ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ ਯੋਗਦਾਨ ਪਾਉਣ ਲਈ ਲੋਕ ਇਨਸਾਫ ਪਾਰਟੀ ਦੇ 2 MLA ਆਪਣੀ ਪੂਰੇ 1 ਮਹੀਨੇ ਦੀ ਸੈਲਰੀ ਖਾਲਸਾ ਏਡ ਨੂੰ, ਅਤੇ ਸਾਡੀ ਪਾਰਟੀ ਦੇ ਲੁਧਿਆਣਾ ਤੋਂ ਕੌਂਸਲਰ ਸਾਹਿਬਾਨ 1 ਮਹੀਨੇ ਦੀ ਆਪਣੀ ਸੈਲਰੀ ਖਾਲਸਾ ਏਡ ਦੇ ਜਿਹੜੇ ਹੜ੍ਹ ਪੀੜਤ ਰਾਹਤ ਕਾਰਜ ਚਲਾਏ ਜਾ ਰਹੇ ਆ ਉਹਨਾਂ ਵਾਸਤੇ ਅਸੀਂ ਅੱਜ ਯੋਗਦਾਨ, ਅਤੇ ਕੱਲ੍ਹ ਤੋਂ ਲੋਹੀਆਂ ਹਲਕੇ ਦੇ ਵਿੱਚ
ਜਿਹੜੀ ਵੱਡੇ ਪੱਧਰ 'ਤੇ ਬਹੁਤ ਵੱਡੀ ਪੱਧਰ 'ਤੇ ਤਬਾਹੀ ਹੋਈ ਹੈ। ਐਂਡ ਉੱਥੇ ਬਿਮਾਰੀਆਂ ਮੇਰੇ ਕੋਲ, ਕੱਲ੍ਹ ਮੇਰੇ ਸਾਡੀ ਪਾਰਟੀ ਦੇ ਲੋਕ ਆਏ, ਅੱਖਾਂ ਦਾ ਫਲੂ, ਖਾਜ ਖੁਜਲੀ, ਉਲਟੀਆਂ, ਟੱਟੀਆਂ, ਬੁਖਾਰ, ਇਹ ਬਿਮਾਰੀਆਂ ਦਾ ਪ੍ਰਕੋਪ ਸਟਾਰਟ ਹੋ ਗਿਆ। ਐਂਡ ਕੱਲ੍ਹ ਤੋਂ ਅਸੀਂ ਇੱਕ ਵੱਡੀ ਡਾਕਟਰਾਂ ਦੀ ਟੀਮ, ਇੱਕ ਐਂਬੂਲੈਂਸ ਔਰ ਨਾਲ ਦਵਾਈਆਂ, ਇਹ ਲੋਕ ਇਨਸਾਫ ਪਾਰਟੀ ਜਿੰਨੇ ਦਿਨ ਉੱਥੇ ਜ਼ਰੂਰਤ ਹੋਈ ਉਨੇ ਦਿਨ ਉੱਥੇ ਲੋਕਾਂ ਦੀਆਂ ਮੁੱਢਲੀਆਂ ਸਿਹਤ ਸਹੂਲਤਾਂ, ਦਵਾਈ ਬੂਟੀ ਦਾ ਇੰਤਜ਼ਾਮ ਸਮੇਤ ਐਕਸਪਰਟ ਡਾਕਟਰ ਅਤੇ ਸਮੇਤ ਮੋਬਾਈਲ ਹੋਸਪਿਟਲ ਐਂਬੂਲੈਂਸ ਦੇ ਸਮੇਤ ਅਸੀਂ ਕੱਲ੍ਹ ਤੋਂ ਵੀ ਸਟਾਰਟ ਕਰਨ ਜਾ ਰਹੇ ਹਾਂ। ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਦੇ ਚੈਨਲ।